ਬਰੋਸ ਆਰਚ ਸੈਲੂਨ ਦੇ ਵਿੱਚ ਮੌਜੂਦ ਆ ਜਿਹੜਾ ਕਪੂਰਥਲਾ ਰੋਡ ਤੇ ਆ। ਸਿੱਧੂ ਮੂਸੇਵਾਲ ਵਿਸ਼ਵ ਪ੍ਰਸਿੱਧ ਕਲਾਕਾਰ ਪਿਛਲੇ ਦਿਨੀ ਚੰਦ ਦਿਨ ਪਹਿਲੇ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਅੱਜ 11 ਜੂਨ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਵਾ। ਕਪੂਰਥਲਾ ਰੋਡ ਤੇ ਮੌਜੂਦ ਆ ਇਸ ਵਕਤ ਜਿੱਥੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਵਾ। ਆਹ ਤੁਹਾਨੂੰ ਦਿਖਾਉਂਦੇ ਹਾਂ ਕਪੂਰਥਲਾ ਰੋਡ ਤੇ ਬਰੋਸ ਆਰਚ ਦੇ ਚੰਦ ਤਸਵੀਰਾਂ ਕਪੂਰਥਲਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ ਸਿੰਘ ਜੀ, ਅੱਜ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਜਨਮ ਦਿਨ ਮਨਾ ਰਹੇ ਹੋ, ਪਹਿਲੇ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚ ਮੌਜੂਦ ਨਹੀਂ। ਸਹੀ ਹੈ। ਕੀ ਕਹਿਣਾ ਗਿਆ? ਨਹੀਂ, ਵੈਸੇ ਉਹ ਦੁੱਖ ਬਹੁਤ ਸੀ ਉਹਨਾਂ ਦਾ, ਅਤੇ ਮਤਲਬ ਤੁਹਾਡਾ ਜਨਮ ਦਿਨ ਆ, ਸਾਨੂੰ ਇਸ ਖੁਸ਼ੀ ਆ ਵੀ ਉਹਨਾਂ ਦਾ ਜਨਮ ਦਿਨ ਮਨਾਉਣਾ ਹੈ। ਸਿੱਧੂ ਮੂਸੇਵਾਲਾ ਯਾਦ ਆ ਰਹੀ ਹੋਣੀ ਤੁਹਾਨੂੰ? ਬਹੁਤ ਜ਼ਿਆਦਾ ਯਾਦ ਆ ਰਹੀ ਹੈ। ਅੱਜ ਉਹਨਾਂ ਦਾ ਜਨਮ ਦਿਨ ਆ, ਦੁੱਖ ਭਰੀ ਗੱਲ ਇਹ ਆ ਕਿ ਉਹ ਸਾਡੇ ਵਿੱਚ ਮੌਜੂਦ ਨਹੀਂ ਅੱਜ। ਸਹੀ ਆ। ਜੇ ਅੱਜ ਮੌਜੂਦ ਹੁੰਦੇ ਤੇ ਹੋਰ ਵੀ ਖੁਸ਼ੀਆਂ ਹੋਣੀਆਂ ਸੀ। ਬਹੁਤ ਜ਼ਿਆਦਾ ਖੁਸ਼ੀ ਹੋਣੀ ਸੀ ਉਹਨਾਂ ਦੇ ਜਾਣ ਦਾ ਵੀ ਗਮ ਬਹੁਤ ਜ਼ਿਆਦਾ। ਜਾਣ ਦਾ ਬਹੁਤ ਜ਼ਿਆਦਾ। ਇਹ ਫੈਨ ਵੀ ਬਹੁਤ ਸੀ ਉਹਨਾਂ ਦੀ। ਕਿਸ ਤਰ੍ਹਾਂ? ਇਹ ਬਹੁਤ ਜ਼ਿਆਦਾ ਫੈਨ ਸੀ ਉਹਨਾਂ ਦੇ। ਹਾਂਜੀ, ਮੇਰੇ ਬੱਚੇ ਵੀ ਬਹੁਤ ਫੈਨ ਨੇ ਉਹਦੇ। ਬੱਚੇ ਵੀ ਤੁਹਾਡੇ ਬਹੁਤ? ਹਾਂਜੀ ਹਾਂਜੀ। ਫੈਨਾਂ ਨੂੰ ਜ਼ਿਆਦਾ ਬਹੁਤ ਦੁੱਖ ਆ, ਦੁੱਖ ਤਾਂ ਸਾਰੇ ਸੰਸਾਰ ਨੂੰ ਲੱਗਾ ਜੀ, ਆਲ ਵਰਲਡ ਦੇ ਵਿੱਚ ਬਹੁਤ ਦੁੱਖ ਮਹਿਸੂਸ ਹੋਇਆ। ਪੂਰੀ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਮੌਜੂਦ। ਅੱਜ ਉਹਨਾਂ ਦੇ ਵਿੱਚ ਹੀ ਆ ਜੀ, ਆਲ ਵਰਲਡ ਵਿੱਚ ਹੀ ਆ। ਅੱਜ ਉਹਨਾਂ ਦਾ ਜਨਮ ਦਿਨ ਹੈ, ਜਨਮ ਦਿਨ ਮਨਾ ਰਹੇ ਹੋ, ਇੱਕ ਦੁੱਖ ਵੀ ਹੈ, ਇੱਕ ਖੁਸ਼ੀ, ਇੱਕ ਖੁਸ਼ੀ ਹੁੰਦੀ ਜੇ ਉਹ ਵਿੱਚ ਮੌਜੂਦ ਹੁੰਦੇ ਆ। ਹੁਣ ਇਸ ਵੇਲੇ ਬਹੁਤ ਦੁੱਖ ਦੀ ਗੱਲ ਆ ਜੀ, ਦੁੱਖ ਦੀ ਗੱਲ ਆ। ਹਾਂਜੀ, ਉਹਨਾਂ ਦੇ ਮਾਪਿਆਂ ਤੱਕ ਕੀ ਸੁਨੇਹਾ ਦੇਣਾ ਚਾਹੋਗੇ? ਮਾਪੇ ਨੂੰ ਇਹ ਸੁਨੇਹਾ ਦੇਣਾ, ਮਾਪੇ ਨੂੰ ਵਿਚਾਰੇ ਉਹ ਤਾਂ ਬਹੁਤ ਦੁਖੀ ਆ, ਜਿਨ੍ਹਾਂ ਦਾ ਇੱਕ ਇਕਲੌਤਾ ਉਹਨਾਂ ਦਾ ਮੁੰਡਾ ਸੀ ਜਿਹੜਾ ਉਹਨਾਂ ਨੂੰ ਛੱਡ ਕੇ ਚਲਾ ਗਿਆ, ਉਹਨਾਂ ਵਿਚਾਰੇ ਨਾਲ ਉਹਨਾਂ ਨਾਲ ਦੁੱਖ ਹੈ, ਉਹਨਾਂ ਨੂੰ ਸਬਰ ਹੀ ਦੇਵੇ। ਇਹ ਤਾਂ ਸਾਰਿਆਂ ਦੇ ਨਾਲ, ਆਪਣੇ ਸਾਰਿਆਂ ਦੇ ਨਾਲ, ਉਹਨਾਂ ਦੇ ਫੈਨ ਫੋਲੋ ਬਹੁਤ ਜ਼ਿਆਦਾ ਆ ਉਹਦੇ ਨਾਲ, ਉਹਨਾਂ ਨੂੰ ਦੇਖ ਕੇ ਤਾਂ ਉਹਨਾਂ ਨੂੰ ਵੀ ਥੋੜ੍ਹਾ ਹੌਸਲਾ ਮਿਲਦਾ, ਉਹਦੇ ਮਾਪੇ ਨੂੰ ਵੀ। ਦੁੱਖ ਦੀ ਗੱਲ ਹੈ, ਖੁਸ਼ੀ ਦੀ ਵੀ ਬਹੁਤ ਮਾਹੌਲ ਆ, ਜਿੱਥੇ ਕਿ ਠੰਡੇ ਮਿੱਠੇ ਜਲ ਦੀ ਜਿਹੜੀ ਛਬੀਲ ਲਗਾਈ ਗਈ ਆ ਇਸ ਮੌਕੇ 'ਤੇ। ਸਿੱਧੂ ਮੂਸੇਵਾਲਾ ਇੱਕ ਮਹਾਨ ਸਿੰਗਰ ਆ ਜਿਨ੍ਹਾਂ ਦਾ ਅੱਜ ਜਨਮ ਦਿਨ ਆ। ਲਫ਼ਜ਼ ਨਹੀਂ ਨਿਕਲ ਰਹੇ, ਜਵਾਨ ਤੋਂ ਨਵਜ ਨਹੀਂ ਨਿਕਲ ਰਿਹਾ। ਮੇਰੇ ਵੀਰ ਨਾਲ ਆ, ਸਤਿ ਸ਼੍ਰੀ ਅਕਾਲ ਭਾਈ, ਕੀ ਨਾਂ ਤੇ? ਰਿੰਕੂ। ਸਿੱਧੂ ਮੂਸੇਵਾਲੇ ਦਾ ਜਨਮ ਦਿਨ ਮਨਾ ਰਹੇ ਹੋ, ਹਾਂਜੀ, ਇੱਕ ਅਫਸੋਸ ਵੀ ਆ ਸਾਡੇ ਵਿੱਚ ਮੌਜੂਦ ਨਹੀਂ, ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ 'ਤੇ? ਬਸ ਇਹਨੂੰ ਮਿਸ ਕਰਦੇ ਸੀਗੇ, ਉਹੀ ਓਨਰ ਸਾਹਿਬ ਨੇ ਉਹਨੇ ਯਾਦ ਲਗਾਏ ਸੀ, ਯਾਦ ਕਰਾ, ਹਾਂਜੀ, ਅਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਪਰਾਲਾ ਕਰ ਰਹੇ, ਹਾਂਜੀ, ਠੰਡੇ ਮਿੱਠੇ ਜਲ ਦੀ, ਹਾਂਜੀ 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 ਹਾਂਜੀ, ਹਾਂਜੀ, ਕਿੰਨੇ ਕੁ ਫੈਨ ਸੀ ਤੁਸੀਂ? ਵਧੀਆ, ਇਹ ਆਹੀ ਬੰਦਾ, ਵਧੀਆ ਫੈਨ ਕਾਫੀ ਸੀਗੇ ਆਪਣੇ, ਫੈਨ ਬਹੁਤ ਜ਼ਿਆਦਾ, ਹਾਂਜੀ, ਦਰਦ ਭਰਿਆ ਜੀ, ਇੱਕ ਚਲੋ ਨਹੀਂ ਇਹਨਾਂ ਕੋਲ ਮਹਿਸੂਸ ਹੋ ਰਿਹਾ, ਇੱਕ ਮੇਰੇ ਵੀਰ ਹੋਰ ਨਾਲ ਮੌਜੂਦ ਆ, ਮੈਂ ਗੱਲਬਾਤ ਕਰਾਂਗਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ, ਕੀ ਨਾਂ ਜੀ? ਮੇਰਾ ਨਾਂ ਜੱਗੀ ਹੈ ਜੀ। ਕਿਹੜੀ ਜਗ੍ਹਾ ਤੋਂ ਜੀ? ਫਾਜ਼ਿਲਪੁਰ ਤੋਂ। ਫਾਜ਼ਿਲਪੁਰ, ਹਾਂਜੀ ਭਾਅ ਜੀ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਉਹ ਸਿੱਧੂਵਾਲ ਨੂੰ ਜਿਹੜਾ ਵਿਸ਼ਵ ਭਾਰਤੀ ਮਸ਼ਹੂਰ ਸੀ? ਭਾਅ ਜੀ, ਹੁਣੀ ਬਾਈ ਹੁਣੀ ਜਿਹੜੇ ਸੀਗੇ ਨਾ 29 ਤਰੀਕ ਨੂੰ, ਜੋ ਕਿ ਉਹਨਾਂ ਨੇ ਕਤਲ ਕਰ ਦਿੱਤਾ ਗਿਆ ਵਾ, ਪਰ ਉਦੋਂ ਤੋਂ ਹੀ ਸਾਨੂੰ ਬੜਾ ਦੁੱਖ ਆਇਆ ਵਾ ਜੀ। ਸਾਡੇ ਬਹੁਤ ਫੈਨ ਸੀਗੇ ਜੀ, ਅਸੀਂ ਜਿਹੜਾ ਵੀ ਗਾਣਾ ਆਉਂਦਾ ਸੀ ਅਸੀਂ ਪਿੰਡ 'ਚ ਪਹਿਲਾਂ ਰੌਲਾ ਪਾ ਲੈਂਦੇ ਹੁੰਦੇ ਸੀ ਵੀ ਭਾਈ ਹੁਣਾਂ ਬਾਈ ਹੁਣਾਂ ਦਾ ਗਾਣਾ ਆਉਣ ਲੱਗਾ ਵਾ, ਪਰ ਜਦੋਂ ਲੋਕ ਜਦੋਂ ਉਹਨਾਂ ਨੂੰ ਤਾਂ ਗੋਲੀਆਂ ਮਾਰ ਕੇ ਜਿਨ੍ਹਾਂ ਨੇ ਮਾਰਿਆ ਵਾ, ਉਹਨਾਂ ਨੇ ਇਹ ਨਹੀਂ ਵੇਖਿਆ ਵੀ ਮਗਰ ਉਹਨਾਂ ਦੇ ਮਾਪੇ ਆ, ਇਕੱਲਾ ਮਕੱਲਾ ਪੁੱਤ ਸੀਗਾ ਉਹਨਾਂ ਦੀ ਯਾਦ 'ਚ ਅਸੀਂ ਅੱਜ ਇਕੱਠ ਕਰਕੇ ਸਾਰਾ ਕੁਛ ਪੀ ਲਾਈ ਆ, ਪਰ ਬਾਈ ਹੁਣੀ ਬਾਕੀ ਭਾਈ ਹੁਣੀ ਜੋ ਕਹਿੰਦੇ ਆ ਵੀ ਜੇ ਉਹ ਨਾਲ ਹੁੰਦੇ ਤਾਂ ਗੱਲ ਹੋਰ ਹੋਣੀ ਸੀ। ਤਸਵੀਰਾਂ ਉਹ ਛਬੀਲ ਦੀਆਂ ਦਿਖਾ ਰਹੇ ਹਾਂ, ਉਹ ਛਬੀਲ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਅਸੀਂ ਮੌਜੂਦ ਹਾਂ, ਏਕਤਾ ਲਹਿਰ ਦੀ ਟੀਮ ਇੱਥੇ ਮੌਜੂਦ ਆ, ਮੇਰੇ ਹੋਰ ਮੇਰੇ ਵੀਰ ਨਾਲ ਮੌਜੂਦ ਨੇ, ਮੈਂ ਥੋੜ੍ਹੀ ਜਿਹੀ ਗੱਲਬਾਤ ਜ਼ਰੂਰ ਕਰਾਂਗਾ, ਇੱਥੇ ਵੀ ਮੇਰੀਆਂ ਭੈਣਾਂ ਸੇਵਾ ਕਰ ਰਹੀਆਂ ਨੇ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਰਿਤੂ। ਸਿੱਧੂ ਮੂਸੇਵਾਲ ਜਿਹੜੇ ਅੱਜ ਇੱਥੇ ਨਹੀਂ ਰਹੇ, ਆਪਣੀ ਦੁਨੀਆ ਇਸ ਵਿੱਚ ਨਹੀਂ ਰਹੇ, ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਕਿਸ ਤਰ੍ਹਾਂ ਫੀਲ? ਬਹੁਤ ਬੁਰਾ ਲੱਗ ਰਿਹਾ, ਅੱਜ ਨਾਲ ਹੁੰਦੇ ਤਾਂ ਵਧੀਆ ਹੁੰਦਾ ਸੀ, ਜਨਮ ਦਿਨ ਦਾ ਕਦੀ ਸੋਚਿਆ ਨਹੀਂ, ਹਜੇ ਤੱਕ ਯਕੀਨ ਨਹੀਂ ਆਉਂਦਾ। ਹਾਂਜੀ ਜੀ,
कह रहा कि हाले तक यकीन नहीं इन्हों आ रहा। मैं अगे दिखा दिया, मैं अगे लाजमा तुहानू छबील इतने ठंडे मिठे जल की तस जी छबील आ सिद्धू मूसे वाले याद दे विच एक बाबा मलद है मलड़ी है मेला वा मेले दे विच सेवा भी हो रही आ। कड़कती धुप आ, बहुत ही जबरदस्त गर्मी आ, गर्मी दे विच लोगों नू राहत दवाउण दे लई इह छबील लगाई जा रही आ। छबील दे विच मेरियां भैणां कुछ इत्थे साथ दे रहियां ने। सत श्री अकाल भैण। हां जी सत श्री अकाल जी। ਸੇ ਕੋਮਲ ਕਿਹੜੀ ਜਗ੍ਹਾ ਤੋਂ ਜੀ? ਹੀਰਾਂ ਤੋਂ। ਹੀਰਾਂ ਤੋਂ? ਹਾਂਜੀ। ਅੱਜ ਜਨਮ ਦਿਨ ਸੀ ਬੁੱਸੇਵਾਲ ਦਾ, ਕਿਸ ਤਰ੍ਹਾਂ ਫੀਲ ਕਰ ਰਹੇ? ਸਰ ਫੀਲ ਤਾਂ ਬਹੁਤ ਸੈਡ ਹੋ ਰਿਹਾ ਆ, ਕਿਉਂਕਿ ਅੱਜ ਕਿਤੇ ਖੁਸ਼ੀਆਂ ਨਾਲ ਉਹਦਾ ਬਰਥਡੇ ਮਨਾਉਣਾ ਸੀ, ਹੁਣ ਆਪਾਂ ਸੋਗ ਦੀ ਲਹਿਰ ਵਿੱਚ ਆ ਹਨਾ। ਜਿਵੇਂ ਮਰਜ਼ੀ ਆ ਸਰ, ਹਰ ਘਰ 'ਚ ਇਹੀ ਫੀਲ ਹੋ ਰਿਹਾ ਕਿ ਹਰ ਘਰ 'ਚੋਂ ਇੱਕ ਪੁੱਤ ਗਿਆ ਆ, ਕਿਉਂਕਿ ਹਰ ਇੱਕ ਮਾਂ ਨੇ ਉਹਦੀ ਮੌਤ ਦਾ ਸੋਗ ਮਨਾਇਆ ਆ, ਅਤੇ ਜੋ ਵੀ ਹੋਇਆ ਸਰ ਬਹੁਤ ਬੁਰਾ ਹੋਇਆ ਆ। ਅਤੇ ਆਪਾਂ ਤਾਂ ਇਹੀ ਕਹਾਂਗੇ ਵੀ ਜਿੰਨੀ ਜਲਦੀ ਇਨਸਾਫ਼ ਮਿਲੂਗਾ ਉਨੀ ਜਲਦੀ ਹਰੇਕ ਘਰ ਦੀ ਮਾਂ ਨੂੰ ਠੰਡਕ ਮਿਲੂਗੀ, ਕਿਉਂਕਿ ਹੁਣ ਹਰ ਕੋਈ ਬਹੁਤ ਜ਼ਿਆਦਾ ਸਹਿਮ ਵਿੱਚ ਆ ਕਿ ਆਪਾਂ ਸੇਫ ਨਹੀਂ ਹੈਗੇ ਇੱਥੇ, ਅਤੇ ਸਰਕਾਰ ਵੀ ਬਹੁਤ ਜ਼ਿਆਦਾ ਨਿਕੰਮੀ ਚੱਲ ਰਹੀ ਆ। ਮੂਸੇਵਾਲ ਦੇ ਕਿੰਨੇ ਫੈਨ ਹੋ? ਕਿੰਨੇ? ਬਹੁਤ ਜ਼ਿਆਦਾ ਲੱਗ ਰਿਹਾ ਸਰ। ਫੈਨ ਤਾਂ ਹੈ ਸੀ ਕਾਫੀ, ਕਿਉਂਕਿ ਉਹਦੇ ਸੌਂਗ ਇਹੋ ਜਿਹੇ ਹੁੰਦੇ ਸੀਗੇ ਕਿ ਆਪਣੇ ਲਈ ਇੱਕ ਸਭ ਦੇ ਬੂਸਟਰ ਸੀਗੇ ਉਹਦੇ ਸੌਂਗ, ਹੈ ਨਾ, ਵੀ ਆਪਾਂ ਨੂੰ ਉਹਦੇ ਸਾਰੇ ਮੋਟੀਵੇਟ ਕਰਨ ਵਾਲੇ। ਅੱਖਾਂ ਦੇ ਵਿੱਚ ਮਹਿਸੂਸ ਕਰ ਰਹੇ ਹੋ, ਸੁਣਾਉਣ ਦੇ ਮੂਡ ਦੇ ਵਿੱਚ ਨਹੀਂ, ਇੱਕ ਸੇਵਾ ਵਾ। ਮੈਂ ਦਿਖਾ ਦਿਆਂ ਤਸਵੀਰਾਂ, ਤੁਹਾਨੂੰ ਦਿਖਾ ਦਿਆਂ ਸਿੱਧੂ ਮੂਸੇਵਾਲ ਜਿਹੜਾ ਇੱਕ ਵਿਸ਼ਵ ਪ੍ਰਸਿੱਧ ਕਲਾਕਾਰ ਸੀ, ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਚੰਦ ਦਿਨ ਪਹਿਲੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਅੱਜ ਉਹਨਾਂ ਦਾ ਜਨਮਦਿਨ, ਇੱਥੇ ਕਪੂਰਥਲਾ ਰੋਡ 'ਤੇ ਜਨਮਦਿਨ ਮਨਾਇਆ ਜਾ ਰਿਹਾ ਵਾ, ਉਹ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਜਾ ਰਹੀ ਆ। ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੇ ਹਾਂ, ਕੜਕਦੀ ਧੁੱਪ ਆ ਔਰ ਮਿੱਠੇ ਠੰਡੇ ਮਿੱਠੇ ਜਲ ਦੀ ਛਬੀਲ ਔਰ ਜਨਮਦਿਨ ਮਨਾਇਆ ਜਾ ਰਿਹਾ ਵਾ। ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ, ਨਿਊਜ਼ ਨਕੋਦਾ।